ਉਹ ਕੰਪਲੈਕਸ ਹੁਸ਼ਿਆਰਪੁਰ ਦੇ ਵਿੱਚ ਆਏ ਹੈਗੇ ਆ, ਕੀ ਹੈਗਾ ਅੱਜ ਦਾ ਮੋਟਿਵ ਤੁਹਾਡਾ ਕੰਪਲੈਕਸ ਜੀ? ਸਾਡਾ ਜਿਹੜਾ ਇੱਕ ਤੋਂ ਤੁਹਾਨੂੰ ਪਤਾ ਹੈਗਾ ਕਿ 15 ਅਗਸਤ ਨੂੰ ਮੱਦੇ ਵਿੱਚ ਰੱਖਦੇ ਹੋਏ ਜਿਹੜਾ ਹੈਗਾ ਵੱਖ ਵੱਖ ਥਾਵਾਂ ਤੇ ਸਿਕਿਉਰਿਟੀ ਚੈਕਿੰਗਸ ਕੀਤੀਆਂ ਜਾ ਰਹੀਆਂ ਹੈਗੀਆਂ, ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਕੋਰਟ ਕੰਪਲੈਕਸ ਇੱਕ ਇੰਪੋਰਟੈਂਟ ਇੰਸਟੀਟਿਊਸ਼ਨ ਹੈਗਾ ਜਿਹਦੇ ਵਿੱਚ ਸਿਕਿਉਰਿਟੀ ਨੂੰ ਮੱਦੇ ਵਿੱਚ ਰੱਖਦੇ ਹੋਏ ਜਿਹੜਾ ਹੈਗਾ ਸਾਡਾ ਤਰਜੀਹ ਉਹਨੂੰ ਰਹਿੰਦੀ ਹੈਗੀ ਕਿ ਵੀ ਉਹਦੀ ਸਿਕਿਉਰਿਟੀ ਨੂੰ ਕੋਈ ਕੰਪਰੋਮਾਈਜ਼ ਨਾ ਹੋਵੇ, ਅਤੇ ਉਹਦੇ ਮੱਦੇਨਜ਼ਰ ਜਿਹੜਾ ਹੈਗਾ ਉਹਦੀ ਸਿਕਿਉਰਿਟੀ ਰਿਵਿਊ ਕਰਨ ਵਾਸਤੇ, ਉਹਦੀ ਸਿਕਿਉਰਿਟੀ ਨੂੰ ਸਟਰੈਂਥਨ ਕਰਨ ਵਾਸਤੇ, ਅਤੇ ਐਟ ਦੀ ਸੇਮ ਟਾਈਮ ਇੱਥੇ ਤੁਹਾਨੂੰ ਪਤਾ ਕਈ ਵਾਰੀ ਕੋਰਟ ਕੰਪਲੈਕਸ ਦੇ ਆਸ ਪਾਸ ਜਾਂ ਜਿਹੜਾ ਹੈਗਾ ਅੰਦਰ ਕੋਈ ਬਾਈਕ ਚੋਰੀ ਹੋ ਜਾਂਦਾ ਹੈਗਾ ਜਾਂ ਕੋਈ ਹੋਰ ਚੀਜ਼ਾਂ ਹੋ ਜਾਂਦੀ ਹੈਗੀ ਆ, ਕੋਈ ਸਸਪੀਸ਼ੀਅਸ ਬੰਦੇ ਸ਼ੱਕੀ ਬੰਦੇ ਮੂਵ ਕਰਦੇ ਹੈਗੇ, ਅਤੇ ਉਹਨਾਂ ਨੂੰ ਵੀ ਧਿਆਨ 'ਚ ਰੱਖਦੇ ਹੋਏ ਔਰ ਸਾਡੀ ਚੈਕਿੰਗ ਕੀਤੀ ਜਾਏਗੀ। ਇੱਥੇ ਕੋਈ ਸਿਕਿਉਰਿਟੀ 'ਚ ਕੋਈ ਕਮੀ ਹੋਏਗੀ ਉਹਨੂੰ ਰਿਵਿਊ ਕਰਕੇ ਅਪਗ੍ਰੇਡ ਕਰਾਂਗੇ, ਸਾਥ ਹੀ ਜਿਹੜਾ ਹੈਗਾ ਸੈਸ਼ਨਜਰ ਸਾਹਿਬ ਅਤੇ ਬਾਕੀ ਸੀਨੀਅਰ ਜੁਡੀਸ਼ਲ ਆਫਿਸਰਸ ਦੇ ਨਾਲ ਮੀਟਿੰਗ ਕਰਕੇ ਉਹਨਾਂ ਦਾ ਫੀਡਬੈਕ ਦਿੱਤਾ ਜਾਏਗਾ। ਸਾਡੀ 15 ਅਗਸਤ ਦੇ ਧਿਆਨ ਮੱਦੇਨਜ਼ਰ ਵੀ ਜਿਹੜੀ ਹੈਗੀ ਇਹਦੀ ਸਿਕਿਉਰਿਟੀ ਰਿਵਿਊ ਕੀਤੀ ਜਾ ਰਹੀ ਹੈ। ਅਦਰਵਾਈਜ਼ ਔਲਸੋ ਜਿਹੜਾ ਹੈਗਾ ਮਾਨਯੋਗ DGP ਪੰਜਾਬ ਸਾਹਿਬ ਅਤੇ ਸਪੈਸ਼ਲ DG ਲੋਅ ਐਂਡ ਆਰਡਰ DIG ਜਲੰਧਰ ਰੇਂਜ ਦੇ ਡਾਇਰੈਕਸ਼ਨਾਂ 'ਤੇ ਅਸੀਂ ਕੋਰਟ ਕੰਪਲੈਕਸ ਦੀ ਸਿਕਿਉਰਿਟੀ ਰਿਵਿਊ ਕਰ ਰਹੇ ਹਾਂ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਇਲਾਵਾ ਵੀ ਜਿਹੜੀ ਹੈਗੀ ਆਪਣੀ ਸਿਕਿਉਰਿਟੀ ਰਿਵਿਊ ਜਿੱਦਾਂ ਗੜਸ਼ੰਕਰ ਅਤੇ ਦਸਵਾ ਮੁਕੇਰੀਆਂ ਸਾਰੇ ਥਾਵਾਂ 'ਤੇ SP ਰੈਂਕ ਦੇ ਅਫਸਰਾਂ ਰਾਹੀਂ ਕੀਤੀ ਜਾ ਰਹੀ ਹੈ। ਸਿਕਿਉਰਿਟੀ ਆਪਣਾ ਅਪਗ੍ਰੇਡ ਕੀਤਾ ਹੋਇਆ ਹੈਗਾ ਤੇ ਉਸੀ ਦੇ ਲੜੀ ਚ ਜਿਹੜਾ ਹੈਗਾ ਉਹ ਡੇਲੀ ਸਰਚ ਆਪਰੇਸ਼ਨ, ਨਾਕਾਬੰਦੀ, ਚੈਕਿੰਗ ਸਵੇਰੇ ਸ਼ਾਮ ਨੂੰ ਉਹ ਜਾਰੀਆਂ ਰਹਿਣਗੀਆਂ ਤੇ ਚੰਗੀ ਚੈਕਿੰਗ ਕੀਤੀ ਜਾਏਗੀ, ਸਿਕਿਉਰਿਟੀ ਨੂੰ ਪੁਖਤਾ ਚਾਕ ਚੌਬੰਦ ਰੱਖਿਆ ਜਾਏਗਾ। ਕੀ ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਲੈ ਕੇ ਆਪਣੇ ਵੱਲੋਂ ਅਸਥਾਈ ਚੌਂਕੀ ਦਾ ਵੀ ਉੱਥੇ ਕੋਈ ਨਿਰਮਾਣ ਕੀਤਾ ਗਿਆ ਕਿਤੇ? ਨਹੀਂ, ਉੱਥੇ ਸਾਡਾ ਕੰਟਰੋਲ ਰੂਮ ਐਸਟੈਬਲਿਸ਼ ਕੀਤਾ ਜਾ ਰਿਹਾ ਹੈਗਾ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਦੋ ਥਾਵਾਂ ਤੇ ਸਾਡੀ ਪੁਲਿਸ ਟੀਮ ਪੱਕੇ ਤੌਰ ਤੇ ਟੈਂਟਸ ਲਾ ਕੇ ਬੈਠੇਗੀ। ਉਸ ਤੋਂ ਇਲਾਵਾ ਸਾਡੇ ਜਿਹੜੇ ਹੈਗੇ 10 ਤੋਂ ਜ਼ਿਆਦਾ ਨਾਕੇ ਲੱਗ ਰਹੇ ਹੈਗੇ ਤੇ ਪੈਟਰੋਲਿੰਗ ਟੀਮਸ ਜਿਹੜੀ ਹੈਗੀ ਤੈਨਾਤ ਹੋਣਗੀਆਂ, ਟ੍ਰੈਫਿਕ ਦੇ ਮੁਲਾਜ਼ਮ ਉੱਥੇ ਤੈਨਾਤ ਹੋਣਗੇ। ਲਗਭਗ 300 ਮੁਲਾਜ਼ਮ ਅਸੀਂ ਰਾਤ ਦਿਨ ਦੇ ਜਿਹੜੇ ਹੈਗੇ ਉੱਥੇ ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਧਿਆਨ 'ਚ ਰੱਖਦੇ ਹੋਏ ਤੈਨਾਤ ਕਰ ਰਹੇ ਹਾਂ। ਥੈਂਕ ਯੂ।